ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ। ਆਮ ਕਹਾਵਤ ਹੈ, ਸ਼ੌਂਕ ਦਾ ਕੋਈ ਮੁੱਲ ਨਹੀਂ। ਕਿਸੇ ਚੀਜ਼ ਦਾ ਸ਼ੌਂਕ ਲੱਗ ਜਾਵੇ, ਉਹ ਆਨੰਦ ਹੀ ਵੱਖਰਾ ਹੈ। ਜਿਵੇਂ ਬੰਦਾ ਇੱਕ ਦਿਨ ਪਹਿਲਾਂ ਮਿਲਿਆ ਹੋਵੇ ਅਤੇ ਉਸ ਨਾਲ ਗੱਲਾਂ ਵੀ ਕੀਤੀਆਂ ਹੋਣ, ਪਰ ਚਿੱਤ ਚੇਤਾ ਵੀ ਨਹੀਂ ਕਿ ਉਹਨਾਂ ਨੇ ਚਲੇ ਜਾਣਾ ਹੈ। ਇਹ ਦਿਮਾਗ ਵਿੱਚ ਬਿਠਾਉਣਾ ਹੈ। ਜਦੋਂ ਸੁਨੇਹਾ ਆਉਂਦਾ ਹੈ ਤਾਂ ਪਰਮਾਤਮਾ ਇੱਕਦਮ ਬੁਲਾ ਸਕਦਾ ਹੈ ਅਤੇ ਉਸ ਵੇਲੇ ਕੋਈ ਚੀਜ਼ ਨਾਲ ਨਹੀਂ ਜਾਂਦੀ। ਪਰ ਜਿਹੜੀਆਂ ਘੜੀਆਂ ਅਸੀਂ ਸਤਸੰਗਤ ਵਿੱਚ ਬਿਤਾਈਆਂ ਹਨ, ਇਹ ਮਰਨ ਤੋਂ ਪਹਿਲਾਂ ਹੀ ਉੱਥੇ ਪਹੁੰਚ ਜਾਂਦੀਆਂ ਹਨ ਅਤੇ ਸੱਜਣ ਬਣ ਕੇ ਸਾਥ ਦਿੰਦੀਆਂ ਹਨ। ਇਸ ਲਈ ਇਹੋ ਅਰਦਾਸਾਂ ਕਰਨੀਆਂ ਚਾਹੀਦੀਆਂ ਹਨ। ਹੇ ਗਰੀਬ ਨਿਵਾਜ, ਮੇਰੇ ਕਰਮਾਂ 'ਤੇ ਤਰਸ ਕਰ ਦਿਓ। ਸੰਗਤ ਵਿੱਚ ਬੈਠ ਕੇ ਕਥਾ ਕੀਰਤਨ ਸ੍ਰਵਣ ਕਰਨ ਦਾ, ਮੰਨਣ ਦਾ ਮੇਰੇ ਅੰਦਰ ਸ਼ੌਂਕ ਭਰ ਦਿਓ। ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਜਾਂ ਫਿਰ ਦੇਖਾ ਤਾਂ ਮੇਰਾ ਅਲਹੋ ਬੇਲੀ। ਆਪਣੇ ਤੋਂ ਵੀ ਵਧੇਰੇ ਪਿਆਰ ਕਰਨ ਵਾਲੀਆਂ ਗੱਲਾਂ ਸੰਗਤ ਵਿੱਚ ਆ ਕੇ ਜਦੋਂ ਕੋਈ ਸ੍ਰਵਣ ਕਰਦਾ ਹੈ ਅਤੇ ਕਈ ਵਾਰੀ ਅੰਦਰ ਚਾਉ ਆ ਜਾਂਦਾ ਹੈ, ਤਿੰਨਾ ਦੇਖ ਮਨ ਚਾਉ ਉਠੰਦਾ, ਹੋਕਤ ਪਾਈ ਗੁਣਤਾਸਾ। ਇਸ ਕਰਕੇ ਇਹੀ ਅਰਦਾਸ ਕਰੋ, ਹੇ ਸਤਿਗੁਰੂ ਜੀ, ਇਹ ਸੰਗਤ ਦੀਆਂ ਘੜੀਆਂ ਮੈਨੂੰ ਬਖਸ਼ ਦਿਓ। ਸੰਤ ਸੰਗਤ ਸੋ ਮੇਲ ਪਿਆ, ਹਰ ਹਰ ਨਾਮ ਸਮਾਏ ਰਾਮ। ਸੰਗਤ ਵਿੱਚ ਆ ਕੇ ਹੀ ਅਗਲੀਆਂ ਕਲਾਸਾਂ ਮਿਲਦੀਆਂ ਹਨ। ਜੇ ਕੋਈ ਨਹੀਂ ਪਹੁੰਚਿਆ ਹੁੰਦਾ ਤਾਂ ਪਹੁੰਚਣ ਦੀ ਗੱਲ ਮਿਲ ਜਾਂਦੀ ਹੈ, ਅਤੇ ਜਿਹੜਾ ਪਹੁੰਚਿਆ ਹੁੰਦਾ ਹੈ, ਆਪਣੇ ਤੋਂ ਵੱਡੇ ਦੀ ਗੱਲ ਸੁਣ ਕੇ ਮਨ ਵਿੱਚ ਉਸਦੇ ਹੋਮੇ ਨਿਕਲ ਜਾਂਦੀ ਹੈ। ਗੁਰਬਾਣੀ ਸਦ ਮੀਠੀ ਲਾਗੀ, ਪਾਪ ਵਿਕਾਰ ਗਵਾਇਆ, ਹੋਮੈ ਰੋਗ ਗਿਆ ਪੋ ਪਾਗਾ, ਸਹਿਜੇ ਸਹਿਜ ਮਿਲਾਇਆ। ਸੰਗਤ ਵਿੱਚ ਆਉਣ ਦੇ ਬੜੇ ਹੀ ਲਾਭ ਹਨ। ਇਸ ਸਾਖੀ ਵਿਚਾਰ ਨੂੰ ਆਪ ਜੀ ਨਾਲ ਅੱਗੋਂ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ, ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਜੋ ਚੈਨਲ 'ਤੇ ਨਵੇਂ ਹਨ, ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ। ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਵਿੱਚ ਆਉਣ ਦਾ ਪਹਿਲਾ ਫਾਇਦਾ, ਗੁਰਬਾਣੀ ਪੜ੍ਹਨ ਲਈ ਅੰਦਰ ਉਦਮ ਹੋਣਾ ਸ਼ੁਰੂ ਹੋ ਜਾਂਦਾ ਹੈ। ਸੰਗਤ ਕਰਦਿਆਂ ਕਰਦਿਆਂ ਮਨ ਪੁਣਿਆ ਜਾਂਦਾ ਹੈ ਅਤੇ ਸਾਨੂੰ ਚੰਗੇ ਮੰਦੇ ਦੀ ਪਹਿਚਾਣ ਹੋ ਜਾਂਦੀ ਹੈ। ਨਿੰਦਿਆ ਬੁਰੀ ਹੈ, ਝੂਠ ਬੁਰਾ ਹੈ, ਇਸ ਦੀ ਪਹਿਚਾਣ ਹੋ ਜਾਂਦੀ ਹੈ। ਸੰਗਤ ਵਿੱਚ ਜਾ ਕੇ ਚੰਗੇ ਕੰਮਾਂ ਵੱਲ ਰੁਚੀ ਵਧਣੀ ਸ਼ੁਰੂ ਹੋ ਜਾਂਦੀ ਹੈ ਅਤੇ ਮਾੜੇ ਕੰਮਾਂ ਵਿੱਚ ਰੁਚੀ ਘਟਣੀ ਸ਼ੁਰੂ ਹੋ ਜਾਂਦੀ ਹੈ। ਸੰਗਤ ਵਿੱਚ ਜਾ ਕੇ ਹੀ ਇੰਦਰੀਆਂ 'ਤੇ ਕੰਟਰੋਲ ਹੋਣਾ ਸ਼ੁਰੂ ਹੋ ਜਾਂਦਾ ਹੈ। ਕੁਝ ਪੁੰਨ ਦਾਨ ਕਰਨ ਵੱਲ ਰੁਚੀ ਵਧਣੀ ਸ਼ੁਰੂ ਹੋ ਜਾਂਦੀ ਹੈ। ਗੁਰਬਾਣੀ ਵਿੱਚੋਂ ਰਸ ਆਉਣਾ ਸ਼ੁਰੂ ਹੋ ਜਾਂਦਾ ਹੈ। ਸੰਗਤ ਵਿੱਚ ਜਾ ਕੇ ਹੀ ਮਨ ਗੁਰਬਾਣੀ ਦੀ ਡੂੰਘਾਈ ਵਿੱਚ ਜਾਣਾ ਸ਼ੁਰੂ ਹੁੰਦਾ ਹੈ ਅਤੇ ਗੁਰਬਾਣੀ ਵਿੱਚੋਂ ਉਸਨੂੰ ਰਤਨ ਲੱਭਣੇ ਸ਼ੁਰੂ ਹੋ ਜਾਂਦੇ ਹਨ। ਸੰਗਤ ਵਿੱਚ ਜਾ ਕੇ ਹੀ ਖਾਣ ਵਿੱਚ ਅਤੇ ਹੋਰ ਕਿਰਿਆਵਾਂ ਵਿੱਚ ਸਾਦਗੀ ਹੋਣੀ ਸ਼ੁਰੂ ਹੋ ਜਾਂਦੀ ਹੈ। ਸੰਗਤ ਕਰਨ ਵਾਲੇ 'ਤੇ ਇੰਨੀ ਕਿਰਪਾ ਹੋ ਜਾਂਦੀ ਹੈ ਕਿ ਹੁਣ ਉਹ ਮਾਸ ਦੇ ਨੇੜੇ ਨਹੀਂ ਜਾਂਦਾ। ਜੀਵ ਹੱਤਿਆ ਦਾ ਜ਼ਬਾਨ ਦਾ ਸਵਾਦ ਖਤਮ ਹੋ ਜਾਂਦਾ ਹੈ। ਰੱਬ ਦੇ ਜੀਆਂ ਨੂੰ ਮਾਰਨਾ, ਉਹਨਾਂ ਨੂੰ ਭੁੰਨ ਕੇ ਖਾਣਾ, ਇਹ ਚੀਜ਼ਾਂ ਖਤਮ ਹੋ ਗਈਆਂ ਅਤੇ ਖਾਣੇ ਵਿੱਚ ਸਾਦਗੀ ਆ ਜਾਂਦੀ ਹੈ। ਕਬੀਰ ਸਾਹਿਬ ਜੀ ਫਰਮਾਨ ਕਰਦੇ ਹਨ, ਕਬੀਰ ਜੋਰੀ ਕੀਏ ਜ਼ੁਲਮ ਹੈ, ਕਹਿਤਾ ਨਾਉ ਹਲਾਲ, ਦਫ਼ਤਰ ਲੇਖਾ ਮੰਗੀਐ ਤਬ ਹੋਏਗੋ ਕੌਣ ਹਵਾਲ। ਜਦੋਂ ਜ਼ਬਾਨ ਦੇ ਸਵਾਦ ਲਈ ਕਿਸੇ ਨੂੰ ਮਾਰਨਾ, ਉਸ ਸਵਾਦ ਵਾਸਤੇ ਖਾਣਾ, ਫਿਰ ਉਹ ਪਾਪ ਬਣਦਾ ਹੈ। ਜੇਕਰ ਕਈ ਵਾਰੀ ਬਾਹਰ ਜਾਈਏ ਤਾਂ ਕੁਝ ਜੀਵ ਪੈਰਾਂ ਥੱਲੇ ਆ ਜਾਂਦੇ ਹਨ, ਉਹਨਾਂ ਦੀ ਮੌਤ ਹੋ ਜਾਂਦੀ ਹੈ।
ਇਹ ਰੱਬ ਦੀ ਸ੍ਰਿਸ਼ਟੀ ਮੁਤਾਬਿਕ ਉਸਦੀ ਕਿਰਿਆ ਚੱਲਦੀ ਹੈ। ਪੈਰ ਥੱਲੇ ਆ ਕੇ ਉਸਦੀ ਮੌਤ ਹੀ ਇੰਜ ਲਿਖੀ ਹੈ। ਪਰ ਜਦੋਂ ਕੋਈ ਆਪਣੇ ਸਵਾਦ ਲਈ ਕਿਸੇ ਚੀਜ਼ ਨੂੰ ਮਾਰਦਾ ਹੈ, ਉਹ ਗਲਤ ਹੈ। ਇਸ ਲਈ ਉਸ ਤਰ੍ਹਾਂ ਦੀ ਖੁਰਾਕ ਹੀ ਖਾਣੀ ਚਾਹੀਦੀ ਹੈ ਜਿਹੜੀ ਜ਼ਿੰਦਗੀ ਨੂੰ ਕਾਇਮ ਰੱਖਣ ਲਈ ਜ਼ਰੂਰੀ ਹੋਵੇ। ਇਹੋ ਜਿਹੀ ਖੁਰਾਕ ਨਹੀਂ ਖਾਣੀ ਚਾਹੀਦੀ ਜਿਸ ਨਾਲ ਮਨ ਖਿੰਡਾਓ ਵਿੱਚ ਆ ਜਾਵੇ, ਮਨ ਵਿਕਾਰਾਂ ਵਿੱਚ ਆ ਜਾਵੇ। ਉਸਦਾ ਪਰਹੇਜ਼ ਕਰਨਾ ਚਾਹੀਦਾ ਹੈ। ਬਾਬਾ ਫਰੀਦ ਜੀ ਬਚਨ ਕਰਦੇ ਸਨ, ਖਾਣਾ ਓਨਾ ਹੀ ਖਾਣਾ ਚਾਹੀਦਾ ਹੈ ਜਿਸ ਨਾਲ ਜਿਸਮ ਵਿੱਚ ਇਬਾਦਤ ਕਰਨ ਦੀ ਤਾਕਤ ਰਹੇ। ਇਸ ਤਰ੍ਹਾਂ ਦਾ ਖਾਣਾ ਨਹੀਂ ਖਾਣਾ ਚਾਹੀਦਾ ਕਿ ਇਬਾਦਤ ਕਰਨ ਲਈ ਸੁਸਤੀ ਪੈਦਾ ਹੋ ਜਾਵੇ, ਆਲਸ ਆ ਜਾਵੇ। ਬਾਬਾ ਆਨੰਦ ਸਿੰਘ ਜੀ ਵੀ ਬਚਨ ਕਰਦੇ ਸਨ, ਧਰਤੀ ਦੇ ਬਹੁਤ ਸਾਰੇ ਜੀਵ ਜਾਂ ਮਨੁੱਖ ਖਾਣ ਲਈ ਜਿਉਂਦੇ ਹਨ, ਹੋਣਾ ਤਾਂ ਉਲਟਾ ਚਾਹੀਦਾ ਸੀ। ਜਿਉਣ ਲਈ ਖਾਣਾ, ਇੰਨਾ ਕੁ ਖਾਣਾ ਖਾਓ ਕਿ ਜਿਉਣ ਲਈ ਖਾ ਰਹੇ ਹਾਂ। ਗੁਰਬਾਣੀ ਵਿੱਚ ਗੁਰੂ ਸਾਹਿਬ ਫਰਮਾਉਂਦੇ ਹਨ, ਹੋਤੀ ਸੇ ਕੋਲ ਕਮਾਇਆ, ਥੋੜਾ ਸਵੈ ਥੋੜਾ ਹੀ ਖਾਵੈ। ਸਾਈ ਮੀਆਂ ਮੀਰ ਜੀ ਵੀ ਬਚਨ ਕਰਦੇ ਸਨ, ਗਲਤ ਖਾਣ ਪੀਣ ਦਾ ਅਸਰ ਕੇਵਲ ਸਰੀਰ ਤੇ ਨਹੀਂ ਹੁੰਦਾ, ਗਲਤ ਖਾਣ ਪੀਣ ਦਾ ਅਸਰ ਜੀਵਾਂ ਦੇ ਸੁਭਾਅ ਅਤੇ ਖਿਆਲਾਂ ਤੇ ਵੀ ਪੈਂਦਾ ਹੈ। ਜਿਹੜਾ ਗਲਤ ਖਾਏਗਾ ਜਾਂ ਪੀਏਗਾ ਉਸਦਾ ਉਸਦੇ ਸੁਭਾਅ ਤੇ ਵੀ ਅਸਰ ਪਏਗਾ ਅਤੇ ਖਿਆਲਾਂ ਤੇ ਵੀ ਪਏਗਾ। ਜਿਤ ਖਾਦੈ ਤਨ ਪੀੜੀਐ ਮਨ ਮੈਂ ਚਲੈ ਵਿਕਾਰ। ਜਿਨ੍ਹਾਂ ਗੁਰਮੁਖਾਂ ਨੂੰ ਸਿਮਰਨ ਅਤੇ ਅਭਿਆਸ ਦੀ ਰੀਝ ਹੋਵੇ ਉਹਨਾਂ ਨੂੰ ਰਾਤ ਦਾ ਖਾਣਾ ਤਾਂ ਸੰਧਿਆ ਵੇਲੇ ਹੀ ਖਾ ਲੈਣਾ ਚਾਹੀਦਾ ਹੈ, ਥੋੜਾ ਸਵੈ ਥੋੜਾ ਹੀ ਖਾਵੈ। ਕਲਗੀਧਰ ਪਿਤਾ ਜੀ ਦਾ ਫੁਰਮਾਨ ਹੈ, ਰੇ ਮਨ ਐਸੋ ਕਰ ਸੰਨਿਆਸਾ। ਇਸ ਸੰਨਿਆਸਾ ਦਾ ਕੀ ਮਤਲਬ ਹੈ ਕਿ ਸੰਨਿਆਸ ਕਰ। ਇਸ ਵਿੱਚ ਦੋ ਪੰਕਤੀਆਂ ਆਉਂਦੀਆਂ ਹਨ, ਅਲਪ ਆਹਾਰ ਸੁਲਪ ਸਾ ਨਿੰਦਰਾ। ਇਸ ਅਲਪ ਆਹਾਰ ਦਾ ਕੀ ਮਤਲਬ ਹੈ? ਥੋੜਾ ਖਾਣਾ। ਅਲਪ ਆਹਾਰ ਸੁਲਪ ਸੋ ਨਿੰਦਰਾ, ਦਇਆ ਸ਼ਿਮਨ ਤਨ ਪ੍ਰੀਤ, ਸੀਲ ਸੰਤੋਖ ਸਦਾ ਨਿਰਬਾਹਵੋ, ਵੈਭੋ ਤ੍ਰਿਗੁਣ ਅਤੀਤ। ਗੁਰੂ ਅਮਰਦਾਸ ਜੀ ਦੇ ਵੇਲੇ ਲੰਗਰ ਵਿੱਚ ਸੰਗਤ ਵਾਸਤੇ ਹੋਰ ਪਦਾਰਥ ਵੀ ਬਣਦੇ ਸਨ, ਪਰ ਇਤਿਹਾਸ ਪੜ੍ਹਨ ਤੇ ਪਤਾ ਲੱਗਦਾ ਹੈ ਗੁਰੂ ਅਮਰਦਾਸ ਜੀ ਕੇਵਲ ਕਣਕ ਦਾ ਦਲੀਆ ਹੀ ਛਕਦੇ ਸਨ। ਕਬੀਰ ਸਾਹਿਬ ਵੀ ਫੁਰਮਾਉਂਦੇ ਸਨ, ਕਬੀਰ ਖੂਬ ਖਾਨਾ ਖਿਚੜੀ, ਜਾਮੈ ਅੰਮ੍ਰਿਤ ਲੋਨ, ਹੇਰਾ ਰੋਟੀ ਕਾਰ ਨੇ ਗਲਾ ਕਟਾਵੈ ਕੌਣ। ਸੰਤ ਅਤਰ ਸਿੰਘ ਜੀ ਮਸਤੂਆ ਨੇ ਵਾਲੇ ਇੱਕ ਸਾਲ ਵਾਸਤੇ ਰਿਸ਼ੀਕੇਸ਼ ਰਹੇ, ਭੰਡਾਰੇ ਵਿੱਚ 24 ਘੰਟੇ ਇੱਕ ਵਾਰੀ ਜਾਣਾ ਅਤੇ 13 ਵਾਰੀ ਜਾਂ 26 ਵਾਰੀ ਵਾਹਿਗੁਰੂ ਕਹਿਣਾ, ਅਤੇ ਓਨੇ ਟਾਈਮ ਵਿੱਚ ਜੇ ਲਾਂਗਰੀ ਨੇ ਰੱਖ ਦਿੱਤਾ ਉਹ ਛਕ ਲੈਣਾ, ਜੇ ਨਾ ਦੇਣਾ ਤਾਂ ਜਲ ਛਕ ਕੇ ਹੀ ਆ ਜਾਂਦੇ ਸਨ ਅਤੇ ਫਿਰ ਸਿਮਰਨ ਵਿੱਚ ਜੁੜ ਜਾਂਦੇ ਸਨ। ਧੰਨ ਧੰਨ ਬਾਬਾ ਦੀਪ ਸਿੰਘ ਜੀ। ਸਾਬੋ ਕੀ ਤਲਵੰਡੀ ਬਾਬਾ ਜੀ ਦਾ ਭੋਰਾ ਸਾਹਿਬ ਹੈ, ਉੱਥੇ ਜਿਹੜੀਆਂ ਦੋ ਗਗਰਾਂ ਵੇਖੀ ਦੀਆਂ ਹਨ, ਇੱਕ ਵਿੱਚ ਪੁੱਜੇ ਛੋਲੇ ਅਤੇ ਇੱਕ ਵਿੱਚ ਜਲ ਰੱਖਦੇ ਸਨ। ਇੰਨੀ ਸਾਦਗੀ ਕਿ ਬਾਬਾ ਜੀ ਨੇ ਬੰਦਗੀ ਕਰਨੀ, ਅਭਿਆਸ ਕਰਨਾ, ਸਿਮਰਨ ਜਪ ਤਪ ਕਰਨਾ ਅਤੇ ਜਦੋਂ ਭੁੱਖ ਲੱਗਣੀ ਤੇ ਪੁੱਜੇ ਛੋਲਿਆਂ ਦਾ ਫੱਕਾ ਮਾਰ ਕੇ ਜਲ ਛੱਕ ਕੇ ਫਿਰ ਸਿਮਰਨ ਵਿੱਚ ਜੁੜ ਜਾਣਾ। ਇਸ ਸਾਖੀ ਵਿਚਾਰ ਤੋਂ ਆਪਣੇ ਲਈ ਵੀ ਸੇਧ ਲੈਣੀ ਹੈ, ਜਿੰਨਾ ਕੁ ਚੱਲ ਸਕੀਏ ਓਨਾ ਜ਼ਰੂਰ ਚੱਲਣਾ ਚਾਹੀਦਾ ਹੈ। ਗਲਤ ਖਾਣ ਨਾਲ ਸਾਡੇ ਮਨ ਦੇ ਖਿਆਲ ਵੀ ਗਲਤ ਹੋ ਜਾਂਦੇ ਹਨ ਅਤੇ ਸੰਸਕਾਰ ਵੀ ਅਤੇ ਸੁਭਾਅ ਵੀ। ਜਿਤ ਖਾਦੈ ਤਨ ਪੀੜੀਐ ਮਨ ਮੈਂ ਚਲੇ ਵਿਕਾਰ। ਇਸ ਲਈ ਹਰ ਪਲ ਇਹੀ ਅਰਦਾਸ ਕਰਨੀ ਹੈ, ਹੇ ਸਤਿਗੁਰੂ ਜੀ ਸਾਨੂੰ ਵੀ ਐਸੀਆਂ ਸਤਸੰਗ ਦੀਆਂ ਘੜੀਆਂ ਨਸੀਬ ਕਰੋ ਜਿੱਥੇ ਜਾ ਕੇ ਇਹ ਦਾਤਾਂ ਝੋਲੀ ਵਿੱਚ ਪੈਂਦੀਆਂ ਹਨ। ਹਰ ਨਾਮ ਹਮਾਰਾ ਪਹਿਨਣ, ਜਿਤ ਫਿਰ ਨੰਗੇ ਨਾ ਹੋਵੇ, ਹੋਰ ਪਹਿਨਣ ਕੀ ਹਮਾਰੀ ਸਰਤ ਗਈ। ਖਾਣਾ ਪੀਣਾ ਹੱਸਣਾ ਸੋਨਾ, ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕਿੰਨੀ, ਤ੍ਰਿਕ ਜੀ ਮਨ ਨਹੀਂ ਲਹਿਣਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।